हड़ दी मार दे विच आए पिंडां दा बहुत बुरा ज्यादा हाल है जिहड़े खास करके समाणा हल्के दे पिंड पैंदे आ। ਇਹ ਨਦੀ ਤੇ ਘੱਗਰ ਦਾ ਬੰਨ ਟੁੱਟਣ ਤੋਂ ਬਾਅਦ ਪਹਾੜ ਪੈਣ ਤੋਂ ਬਾਅਦ ਇਸ ਤਰੀਕੇ ਦੇ ਹਾਲਾਤ ਇਹਨਾਂ ਪਿੰਡਾਂ ਦੇ ਬਣ ਚੁੱਕੇ ਆ। ਇਹ ਪਿੰਡ ਜਿਹੜੇ ਆ ਇਹਨਾਂ ਦਰਿਆਵਾਂ ਤੋਂ ਘੱਟੋ ਘੱਟ 15-20 ਫੁੱਟ ਦੀ ਉਚਾਈ ਦੇ ਉੱਤੇ ਆ। ਖੇਤ 20-20 ਫੁੱਟ ਦੇ ਉੱਤੇ ਨੀਵੇਂ ਆ ਤੇ ਪਿੰਡ ਵੀ ਦੇਖੋ ਤੁਸੀਂ, ਅਸੀਂ ਪਿੰਡ ਦੇ ਵਿੱਚ ਟਰੈਕਟਰ ਦੇ ਉੱਤੇ ਬੈਠੇ ਆ, ਅਦਰਵਾਈਜ਼ ਇੱਥੇ ਖੜਨਾ ਪੋਸੀਬਲ ਨਹੀਂ ਹੈ। ਧਾਰੇ ਪੱਕੇ ਕੀਤੇ ਸੀਗੇ, ਕੁਦਰਤ ਦੀ ਸਕਰੋਪੀ ਨੇ ਉਹਨਾਂ ਨੂੰ ਕਰ ਦਿੱਤਾ। ਔਰ ਇਸ ਪਾਣੀ ਦੇ ਵਿੱਚ ਜਦੋਂ ਦਰਿਆ ਹੈ ਤੇ ਜਦੋਂ ਨਦੀ ਹੈ ਉਹਦੇ ਵਿੱਚ ਅਨੇਕਾਂ ਜੀਵ ਜੰਤੂ ਸੱਪ ਜਿਹੜੇ ਉਹ ਵੀ ਚੱਲ ਕੇ ਘਰਾਂ ਦੇ ਵਿੱਚ ਦਾਖਲ ਹੋ ਰਹੇ ਹੈ। ਲੋਕ ਉਸ ਦਿੱਕਤ ਨਾਲ ਵੀ ਸਾਹਮਣਾ ਕਰਨਾ ਪੈ ਰਿਹਾ। ਦੋ ਕਿਸ਼ਤੀਆਂ ਜਿਹੜੀਆਂ ਉਹ ਇੱਥੇ ਡੁੱਬੀਆਂ ਸੀਗੀਆਂ ਤੇ ਉਸ ਤੋਂ ਬਾਅਦ ਫਸਲ ਤਾਂ ਹਜ਼ਾਰਾਂ ਏਕੜ ਦਾ ਰਕਬਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਘਰ ਦਾ ਤੇ ਉਸ ਤੋਂ ਇਲਾਵਾ ਹੋਰ ਕਿੰਨੇ ਰਕਬੇ ਆ ਤੇ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਇਹ ਸਾਰਾ ਰਕਬਾ ਜਿਹੜਾ ਹੈ ਉਹ ਪਾਣੀ ਦੀ ਮਾਰ ਦੇ ਵਿੱਚ ਆ ਗਿਆ। ਸਤਿ ਸ੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ, ਮੈਂ ਨਵਜੋਤ ਸਿੰਘ ਧਾਲੀਵਾਲ। ਪਿੰਡਾਂ ਦਾ ਦੌਰਾ ਕਰਨ ਲੱਗੇ ਹੋਏ ਹਾਂ। ਹੜ੍ਹ ਦੀ ਮਾਰ ਦੇ ਵਿੱਚ ਆਏ ਪਿੰਡਾਂ ਦਾ ਬਹੁਤ ਬੁਰਾ ਜ਼ਿਆਦਾ ਹਾਲ ਹੈ ਜਿਹੜੇ ਖਾਸ ਕਰਕੇ ਸਮਾਣਾ ਹਲਕੇ ਦੇ ਪਿੰਡ ਪੈਂਦੇ ਆ। ਮੇਰੇ ਪਿੱਛੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਤੁਸੀਂ ਦੇਖੋਗੇ ਕਿ ਪਾਣੀ ਹੀ ਪਾਣੀ ਹੈ। ਇਹ ਜਿਹੜਾ ਪੁਲ ਨਜ਼ਰ ਆ ਰਿਹਾ ਘੱਗਰ ਦਰਿਆ ਦਾ ਪੁਲ ਹੈ ਜਿਹੜਾ ਕਿ ਇੱਥੋਂ ਪਾਣੀ ਟੁੱਟਿਆ ਹੈ ਔਰ ਇੱਥੋਂ ਹੀ ਜਿਹੜੀ ਪਟਿਆਲਾ ਦੀ ਛੋਟੀ ਨਦੀ ਜਿਹਨੇ ਪਟਿਆਲਾ ਏਰੀਏ ਦੇ ਵਿੱਚ ਅਫੈਕਟ ਕੀਤਾ ਸੀਗਾ ਅਰਬਨ ਸਟੇਟ ਇਲਾਕੇ ਦੇ ਵਿੱਚ, ਉਹੀ ਨਦੀ ਇੱਥੇ ਆ ਕੇ ਅੱਗੇ ਘੱਗਰ ਦੇ ਵਿੱਚ ਮਿਲਦੀ ਹੈ। ਇਹ ਨਦੀ ਤੇ ਘੱਗਰ ਦਾ ਬੰਨ ਟੁੱਟਣ ਤੋਂ ਬਾਅਦ ਪਹਾੜ ਪੈਣ ਤੋਂ ਬਾਅਦ ਇਸ ਤਰੀਕੇ ਦੇ ਹਾਲਾਤ ਇਹਨਾਂ ਪਿੰਡਾਂ ਦੇ ਬਣ ਚੁੱਕੇ ਆ। ਇਹ ਪਿੰਡ ਜਿਹੜੇ ਆ ਇਹਨਾਂ ਦਰਿਆਵਾਂ ਤੋਂ ਘੱਟੋ ਘੱਟ 15-20 ਫੁੱਟ ਦੀ ਉਚਾਈ ਦੇ ਉੱਤੇ ਆ। ਖੇਤ 20-20 ਫੁੱਟ ਦੇ ਉੱਤੇ ਨੀਵੇਂ ਆ ਤੇ ਪਿੰਡ ਵੀ ਦੇਖੋ ਤੁਸੀਂ, ਅਸੀਂ ਪਿੰਡ ਦੇ ਵਿੱਚ ਟਰੈਕਟਰ ਦੇ ਉੱਤੇ ਬੈਠੇ ਆ, ਅਦਰਵਾਈਜ਼ ਇੱਥੇ ਖੜਨਾ ਪੋਸੀਬਲ ਨਹੀਂ ਹੈ। ਤਾਂ ਹਾਲਾਤ ਇਹ ਆ ਕਿ ਪਾਣੀ ਘਰਾਂ ਦੇ ਵਿੱਚ 5-5-6-6 ਫੁੱਟ ਚੜ ਕੇ ਜਿਹੜਾ ਹੈ ਮੁੜਿਆ, ਹੁਣ ਕੁਝ ਕੁਝ ਪਾਣੀ ਘਰਾਂ ਦੇ ਵਿੱਚ ਘੱਟ ਹੈ। ਨੁਕਸਾਨ ਹੋਇਆ ਤੁਸੀਂ ਦੇਖੋਗੇ ਕੰਧਾਂ ਕਿਸ ਕਦਰ ਗਿਰੀਆਂ ਹੋਈਆਂ ਨੇ ਔਰ ਪ੍ਰਸ਼ਾਸਨ ਨੂੰ ਇਹ ਲੋਕ ਬੇਨਤੀ ਕਰ ਰਹੇ ਨੇ, ਗੁਹਾਰ ਲਾ ਰਹੇ ਨੇ ਕਿ ਜਿਹੜੇ ਗਰੀਬ ਲੋਕ ਹੈ ਕਿ ਸਾਡਾ ਕੋਈ ਸਹਾਰਾ ਬਣੋ, ਅਸੀਂ ਦੋ ਦੋ ਪੁਸ਼ਤਾਂ ਜਿਹੜੀਆਂ ਆਪਣੀਆਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਬਣਾਉਣ ਦੇ ਵਿੱਚ ਲਾਈਆਂ ਸੀ, ਅੱਜ ਉਹ ਸਾਰੇ ਘਰ ਤਹਿਸ ਨਹਿਸ ਹੋ ਚੁੱਕਿਆ। ਕੱਚਿਆਂ ਤੋਂ ਢਾਰੇ ਪੱਕੇ ਕੀਤੇ ਸੀਗੇ, ਕੁਦਰਤ ਦੀ ਸਕਰੋਪੀ ਨੇ ਉਹਨਾਂ ਨੂੰ ਕਰ ਦਿੱਤਾ। ਔਰ ਇਸ ਪਾਣੀ ਦੇ ਵਿੱਚ ਜਦੋਂ ਦਰਿਆ ਹੈ ਤੇ ਜਦੋਂ ਨਦੀ ਹੈ ਉਹਦੇ ਵਿੱਚ ਅਨੇਕਾਂ ਜੀਵ ਜੰਤੂ ਸੱਪ ਜਿਹੜੇ ਉਹ ਵੀ ਚੱਲ ਕੇ ਘਰਾਂ ਦੇ ਵਿੱਚ ਦਾਖਲ ਹੋ ਰਹੇ ਹੈ। ਲੋਕ ਉਸ ਦਿੱਕਤ ਨਾਲ ਵੀ ਸਾਹਮਣਾ ਕਰਨਾ ਪੈ ਰਿਹਾ ਔਰ ਲਾਈਟ ਜਦੋਂ ਕੱਟੀ ਹੋਈ ਹੈ, ਪੀਣ ਵਾਲੇ ਪਾਣੀ ਦੀ ਔਖਿਆਈ ਹੈ ਤਾਂ ਲੋਕ ਲਗਾਤਾਰ ਇੱਥੇ ਰਸਦ ਪਹੁੰਚਦੀ ਵੀ ਕਰ ਰਹੇ ਨੇ। ਪਿੰਡ ਦੇ ਨਗਰ ਦੇ ਲੋਕ ਬੜੇ ਧੰਨਵਾਦੀ ਵੀ ਹੈ ਕਿ ਬਹੁਤ ਸਾਰੇ ਸਮਾਜ ਸੇਵੀ ਲੋਕ ਜਿਹੜੇ ਹੈ ਇੱਥੇ ਲਗਾਤਾਰ ਰਸਦ ਪਹੁੰਚਦੀ ਕਰ ਰਹੇ ਹੈ। ਜਿਨ੍ਹਾਂ ਵੀਰ ਦਾ ਟਰੈਕਟਰ ਹੈ ਉਹਨਾਂ ਨਾਲ ਗੱਲ ਜ਼ਰੂਰ ਕਰਕੇ ਤੁਹਾਨੂੰ ਦੱਸਾਂਗੇ ਕਿ ਸਮਾਨ ਜਿਹੜਾ ਹੈ ਉਹ ਲੋਕ ਪਹੁੰਚਦਾ ਕਰ ਰਹੇ ਜਾਂ ਨਹੀਂ। ਪਹੁੰਚਾ ਰਹੇ ਨੇ ਸਮਾਨ, ਲੋਕ ਬਹੁਤ ਜ਼ਿਆਦਾ ਜੀ, ਵੱਧ ਤੋਂ ਵੱਧ ਸਮਾਨ ਪਹੁੰਚ ਰਿਹਾ, ਪਾਣੀ ਪੂਣੀ ਕੋਈ ਸਮੱਸਿਆ ਨਹੀਂ, ਪਹੁੰਚੀ ਜਾਂਦਾ ਸਮਾਨ, ਲੋਕ ਬਥੇਰੀ ਸੇਵਾ ਕਰ ਰਹੇ ਨੇ। ਕਿਸ਼ਤੀਆਂ ਵੀ ਚੱਲ ਰਹੀਆਂ? ਹਾਂ ਜੀ, ਕਿਸ਼ਤੀਆਂ ਵੀ ਚੱਲ ਰਹੀਆਂ ਨੇ ਜੀ। ਹਾਂਜੀ ਹਾਂ, ਸ਼ੁਰੂਆਤ ਦੇ ਵਿੱਚ ਥੋੜਾ ਨੁਕਸਾਨ ਹੋਇਆ ਸੀ ਹਨਾ? ਹਾਂਜੀ ਹਾਂ, ਬਹੁਤ ਨੁਕਸਾਨ ਹੋਇਆ, ਜੀਰੀ ਡੁੱਬੀ ਪਈ 30-35 ਕਿੱਲੇ ਜੀ। ਹਾਂਜੀ ਹਾਂਜੀ, ਕਿਸ਼ਤੀਆਂ ਵੀ ਡੁੱਬੀਆਂ ਸੀਗੀਆਂ ਪਹਿਲਾਂ ਜਦੋਂ ਐਨਡੀਆਰਐਫ? ਹਾਂਜੀ ਹਾਂਜੀ ਹਾਂ, ਡੁੱਬ ਗਈਆਂ ਸੀਗੀਆਂ। ਹਾਂਜੀ ਹਾਂ, ਸੋ ਦੋ ਕਿਸ਼ਤੀਆਂ ਜਿਹੜੀਆਂ ਉਹ ਇੱਥੇ ਡੁੱਬੀਆਂ ਸੀਗੀਆਂ ਤਾਂ ਉਸ ਤੋਂ ਬਾਅਦ ਫਸਲ ਤਾਂ ਹਜ਼ਾਰਾਂ ਏਕੜ ਦਾ ਰਕਬਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਆਪਣਾ ਘਰ ਦਾ ਤੇ ਉਸ ਤੋਂ ਇਲਾਵਾ ਹੋਰ ਕਿੰਨੇ ਰਕਬੇ ਆ ਤੇ ਦੂਰ ਤੱਕ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਇਹ ਸਾਰਾ ਰਕਬਾ ਜਿਹੜਾ ਹੈ ਉਹ ਪਾਣੀ ਦੀ ਮਾਰ ਦੇ ਵਿੱਚ ਆ ਗਿਆ। ਸੋ ਇਸ ਤੋਂ ਬਾਅਦ ਜ਼ਰੂਰ ਸਰਕਾਰ ਅੱਗੇ ਗੁਹਾਰ ਹੈ ਕਿ ਜਦੋਂ ਵੀ ਪਾਣੀ ਉਤਰਦਾ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਦੀ ਘਰਾਂ ਦੀ ਗਰਦੌਰੀਆਂ ਕਰਾਈਆਂ ਜਾਣ, ਜਿਹੜੇ ਮੁਆਵਜ਼ੇ ਹੈ ਉਹ ਜ਼ਰੂਰ ਇਹਨਾਂ ਤੱਕ ਪਹੁੰਚਦੇ ਕੀਤੇ ਜਾਣ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਸ ਕੁਰਸੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਕਿਹਾ ਸੀ ਅਸੀਂ ਗਰਦੌਰੀਆਂ ਬਾਅਦ ਚੋਂ ਹੋਣੀਆਂ ਚਾਹੀਦੀਆਂ ਨੇ, ਪਹਿਲਾਂ ਪੈਸੇ ਆਉਣੇ ਚਾਹੀਦੇ ਆ। ਪਰ ਗੱਲ ਇਹ ਹੈ ਕਿ ਪੋਲੀਟੀਕਲ ਸਟੇਟਮੈਂਟਸ ਦੇ ਵਿੱਚ ਤੇ ਅਮਲ ਦੇ ਵਿੱਚ ਗੱਲ ਲਿਆਉਣ ਦੇ ਲਈ ਕਈ ਫਰਕ ਹੁੰਦਾ, ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਦਾ ਇੱਥੇ ਪਹੁੰਚ ਦਾ ਕੰਮ ਹੈ ਔਰ ਜਿਹੜੀ ਰਸਦ ਜਿਹੜੀ ਪਹੁੰਚਦੀ ਕੀਤੀ ਜਾ ਰਹੀ ਹੈ ਔਰ ਉਸ ਤੋਂ ਇਲਾਵਾ ਲਗਾਤਾਰ ਜਿਹੜੇ ਵਿਧਾਇਕ ਹਲਕੇ ਦੇ ਬਣੇ ਹੋਏ ਆ ਉਹ ਕੰਮ ਜ਼ਰੂਰ ਕਿਤੇ ਨਾ ਕਿਤੇ ਲੋਕ ਉਹਨਾਂ ਦੋ ਖੁਸ਼ ਥੋੜਾ ਨਜ਼ਰ ਆ ਰਹੇ ਹੈ, ਲੋਕਾਂ ਨੂੰ ਥੋੜਾ ਹੌਸਲਾ ਹੈ ਕਿ ਕੋਈ ਇਸ ਵਾਰ ਜਿਹੜਾ ਪਹੁੰਚ ਇੱਥੇ ਜ਼ਰੂਰ ਕਰ ਰਿਹਾ। ਪਰ ਉਸ ਤੋਂ ਬਾਅਦ ਅਗਲੀ ਗੱਲ ਇਹ ਹੈ ਕਿ ਇਹ ਜਿਹੜੇ ਘਰ ਇਹਨਾਂ ਨੇ ਕਈ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਏ ਸੀ, ਜਿਹੜਾ ਉਹ ਨੁਕਸਾਨ ਹੋਇਆ ਉਸ ਮਾਲੀ ਨੁਕਸਾਨ ਨੂੰ ਵੀ ਪੂਰਿਆ ਜਾਵੇ। ਕੈਮਰਾਮੈਨ ਵਿੰਟੇਜ ਦੇ ਨਾਲ ਨਵਜੋਤ ਸਿੰਘ ਧਾਲੀਵਾਲ, ਰੋਜ਼ਾਨਾ ਸਪੋਕਸਮੈਨ, ਹਲਕਾ ਸਮਾਂ।